ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਕੀ ਕੰਮ ਹੋਇਆ? ਸਾਡੇ 9 ਅਤੇ 10 ਤਰੀਕ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2:30 ਵਜੇ ਸਵੇਰੇ ਰਿਲਾਇੰਸ ਪੈਟਰੋਲ ਪੰਪ ਹੈਗਾ ਦੰਦਪੁਰ ਰੋਡ 'ਤੇ, ਉੱਥੇ ਇੱਕ ਲੁੱਟ ਦੀ ਵਾਰਦਾਤ ਦਾ ਅੰਜਾਮ ਦਿੰਦੇ ਨੇ ਮੁੰਡੇ। ਉਹਦੀ CCTV ਫੁਟੇਜ ਵਾਇਰਲ ਹੁੰਦੀ, ਫਿਰ ਮਾਣਯੋਗ ਸਾਡੇ SSP ਸਾਹਿਬ ਰਾਜਪਾਲ ਸਿੰਘ ਸੰਧੂ, IPS, SPD ਸਾਹਿਬ ਰਮਨਿੰਦਰ ਸਿੰਘ ਜੀ, DSPD ਸਾਹਿਬ ਸਰਦਾਰ ਬਰਜਿੰਦਰ ਸਿੰਘ, CIA ਇੰਚਾਰਜ ਸਾਡਾ SHO ਕੋਤਵਾਲੀ, ਅਸੀਂ ਸਾਰੇ ਵੱਖ ਵੱਖ ਟੀਮਾਂ ਬਣਾ ਕੇ ਇਸ ਦੇ ਪਿੱਛੇ ਲੱਗ ਜਾਂਦੇ ਹਾਂ। ਫਿਰ ਸਾਨੂੰ ਇੱਕ ਕਲਿਊ ਮਿਲਦਾ, ਇੱਕ ਬੰਦੇ ਨੂੰ ਅਸੀਂ ਰਾਊਂਡ ਅਪ ਕਰਦੇ ਸ਼ੱਕ ਦੇ ਬਿਨਾਂ 'ਤੇ, ਉਹਨਾਂ ਨੂੰ ਅੱਗੇ ਫਰਦਰ ਟਰੇਸ ਕਰਦੇ ਹੋਏ ਸਾਨੂੰ 4 ਮੁੰਡੇ ਹੋਰ ਰਾਊਂਡ ਅਪ ਹੋ ਜਾਂਦੇ ਨੇ। ਫਿਰ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਆਉਂਦੇ ਨੇ, ਜਿਹਨੇ 112 'ਤੇ ਕੰਟਰੋਲ ਰੂਮ 'ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਮੇਰੇ ਪੈਟਰੋਲ ਪੰਪ 'ਤੇ ਵਾਰਦਾਤ ਹੋ ਗਈ, ਜਿਹੜਾ ਵਰਕਰ ਸੀ ਉਹੀ ਉਹਨਾਂ ਦਾ ਮੇਨ ਦੋਸ਼ੀ ਨਿਕਲਿਆ, ਮਾਸਟਰਮਾਈਂਡ ਉਹੀ ਸੀ ਮੁੰਡਾ। ਇਹ ਮੁੰਡੇ ਸਾਰੇ 19-18 ਸਾਲ ਦੇ, 20 ਸਾਲ ਦੇ ਮੁੰਡੇ ਨੇ, +2 ਪਾਸ ਨੇ, ਦੰਦੂਪੁਰ ਦੇ ਰਹਿਣ ਵਾਲੇ ਨੇ। ਇਹਨਾਂ ਇਹ ਇੰਸਪਾਇਰ ਹੋਏ ਨੇ ਸੋਸ਼ਲ ਮੀਡੀਆ ਤੋਂ, ਇੱਕ ਵੀਡੀਓ ਦੇਖੀ ਇਹਨਾਂ ਨੇ, ਉਸ ਤੋਂ ਇਹਨਾਂ ਨੇ ਸਿੱਖਿਆ ਕਿ ਕਿੱਦਾਂ ਵਾਰਦਾਤ ਕਰਦੇ। ਪਹਿਲੀ ਵਾਰਦਾਤ ਸੀਗੀ ਜਿਹੜੀ, ਇਹ ਇਹਨਾਂ ਦੀ ਫਸਟ ਅਟੈਂਪਟ ਸੀਗੀ, ਪਹਿਲੀ ਵਾਰਦਾਤ ਸੀਗੀ, 30,000 ਦੀ ਲੁੱਟ ਕੀਤੀ ਸੀ ਅਤੇ ਇਹਨਾਂ ਨੇ ਬਾਅਦ 'ਚੋਂ ਆਪਸ ਦੇ ਵਿੱਚ 6-6,000 ਰੁਪਈਆ ਪੰਜਾਂ ਨੇ ਵੰਡ ਲਏ। ਉਹ ਪੈਟਰੋਲ ਪੰਪ ਦੇ ਵਰਕਰ ਸੀਗਾ, ਉਹ ਵੀ 18 ਸਾਲ ਦਾ ਮੁੰਡਾ ਹੈਗਾ, ਉਹ 9,000 'ਤੇ ਲੱਗਾ ਸੀਗਾ ਅਤੇ ਇਸ ਕੰਮ ਨੂੰ ਵਾਰਦਾਤ ਕੀਤਾ ਸਿਰਫ ਇੱਕ ਬਚਪਨ ਦੇ ਵਿੱਚ। ਉਹ ਵੀ ਇਹਨਾਂ ਦੇ ਪਿੰਡ ਦਾ, ਦੰਦੂਪੁਰ ਦਾ ਹੀ ਸੀ। ਹਾਂਜੀ, ਇੱਕ ਟੋਏ ਵੈਪਨ ਮਿਲਿਆ ਵਾ ਸਾਨੂੰ, ਰਿਕਵਰੀ ਹੋ ਗਈ ਹੈ, 25,000 ਰੁਪਏ ਦੀ ਰਿਕਵਰੀ ਹੋ ਗਈ ਵਾਪਸੀ, ਅਤੇ ਜਿਹੜੇ 30,000 'ਚੋਂ ਸਾਡਾ 25,000 ਰਿਕਵਰ ਹੋ ਗਿਆ। ਕੀ ਕਾਰਨ ਹੈ, ਕੋਈ ਗੈਂਗ ਗੁੰਗ ਤਾਂ ਨਹੀਂ ਇਹਨਾਂ ਦੇ ਪਿੱਛੇ ਜਿਹੜਾ ਕਿ ਇਹਨਾਂ ਨੂੰ ਬੜਾ ਫਸਾ ਕੇ ਜਿਹੜਾ ਵਾ ਇਹ ਕੰਮ ਕਰਾਇਆ ਗਿਆ? ਬਾਕੀ ਇਹ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਕੋਰਟ 'ਚ ਪੇਸ਼ ਕਰਕੇ ਫਿਰ ਤੁਹਾਨੂੰ ਅਸੀਂ ਇਹਦੇ ਕਲੀਅਰ ਦੱਸ ਪਾਵਾਂਗੇ, ਪਰ ਫਿਲਹਾਲ ਹਲੇ ਮੁੱਢਲੀ ਤਫਤੀਸ਼ ਦੇ ਵਿੱਚ ਇੱਦਾਂ ਦਾ ਕੁਛ ਸਾਨੂੰ ਸਾਹਮਣੇ ਨਹੀਂ ਆਇਆ। ਅਤੇ ਇਹ ਜੇ ਆਪਾਂ ਗੱਲ ਕਰੀਏ, ਚੰਗੀ ਫੈਮਿਲੀ ਤੋਂ ਸਾਰੇ? ਹਾਂਜੀ, ਸਾਰੇ ਡਿਸਨ ਨੇ, ਗੁਰਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਨੇ, ਬਸ ਇੱਕ ਕਹਿ ਦਈਏ ਕਿ ਬਚਪਨ ਦੇ ਵਿੱਚ ਸੀ। ਅਤੇ ਇਹ ਪਲੈਨ ਜਿਹੜਾ ਇਹਨਾਂ ਨੇ ਕੀਤਾ ਵਾ, ਪਤਾ ਲੱਗਾ ਕਦੋਂ ਤੋਂ ਕਰ ਰਹੇ ਸੀਗੇ ਇਹ ਤਿਆਰੀ ਪਲੈਨ ਦੀ? ਇਹ ਤਕਰੀਬਨ ਇਹਨਾਂ ਨੇ 15 ਕੁ ਦਿਨ ਪਹਿਲਾਂ ਪਲੈਨ ਕੀਤਾ ਸੀਗਾ ਕਿ ਅਸੀਂ ਆਹ ਤਰੀਕੇ ਨੂੰ ਆਹ ਚੀਜ਼ ਦਾ ਵਾਰਦਾਤ ਕੀਤਾ। ਇੱਕ ਜਿਹੜਾ ਸਾਡੇ ਕੋਲ ਮੋਟਰਸਾਈਕਲ ਰਿਕਵਰ ਹੋਇਆ, ਉਹ ਵੀ ਚੋਰੀ ਦਾ ਮੋਟਰਸਾਈਕਲ ਹੋਇਆ। ਉਹ ਪੈਟਰੋਲ ਪੰਪ ਜਿਹੜਾ ਇਹਨਾਂ ਨੇ ਲੁੱਟ ਖੋਹ ਕੀਤੀ ਹੈ, ਉਸ ਤੋਂ ਪਹਿਲਾਂ ਇਹਨਾਂ ਨੇ ਕੋਈ ਮੋਟਰਸਾਈਕਲ ਚੋਰੀ ਕੀਤਾ? ਨਹੀਂ, ਮੋਟਰਸਾਈਕਲ ਇੱਕ ਮੁੰਡੇ ਕੋਲ ਰਿਕਵਰ ਹੋਇਆ ਆ, ਚੋਰੀ ਦਾ ਮੋਟਰਸਾਈਕਲ, ਜਿਹਦਾ ਮੋਟਰਸਾਈਕਲ ਮਿਲਿਆ ਸੀਗਾ ਜਿਹਦੇ ਕੋਲੋਂ, ਉਹ ਚੋਰੀ ਦਾ ਮੋਟਰਸਾਈਕਲ ਆ। ਉਹ ਪਤਾ ਲੱਗਾ ਕਿ ਉਹਦਾ ਥੋੜ੍ਹਾ ਜਿਹਾ ਬੈਕਗਰਾਉਂਡ ਥੋੜ੍ਹਾ ਜਿਹਾ ਸਹੀ ਨਹੀਂ ਹੈਗਾ ਉਹ ਤੱਕ। ਅਤੇ ਇਹ ਕੁਛ ਨਸ਼ੇ ਨੁਸ਼ੇ ਦੇ ਆਦਿ ਤਾਂ ਨਹੀਂ? ਨਹੀਂ, ਨਸ਼ੇ ਦੇ ਹਾਲੇ ਤੱਕ ਕੁਛ ਨਹੀਂ ਆ। ਜਾਂ ਨਸ਼ਾ ਵੇਚਦੇ ਹੋਣ? ਨਹੀਂ ਨਹੀਂ। ਅਤੇ ਤਫਤੀਸ਼ ਦੇ ਵਿੱਚ ਹੋਰ ਵੀ ਕੁਛ ਪਤਾ ਲੱਗਣ ਦੀ ਕੋਈ? ਹੋਰ ਜਿੱਦਾਂ ਖੁਲਾਸੇ ਹੋਣਗੇ ਤੁਹਾਨੂੰ ਕਨਵੇ ਕਰ ਦਿੱਤਾ ਜਾਵੇਗਾ।